ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਾਸਿਕਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਵੀਰੇ ਆ ਜੋ ਉਹ ਜਗਾ ਵਾ ਜਿੱਥੋਂ ਚਾਚੇ ਕਾਨ ਨੇ ਮਿੱਟੀ ਚੁੱਕੀ ਸੀ ਇਹ ਬਾਬੇ ਬਲਜਿੰਦਰ ਨੇ ਆਪਣੀ ਇਕੱਠੀ ਕੀਤੀ ਸੀ ਪੈਲੀ ਚੋਂ ਤੇ ਜਿੱਥੇ ਰੁੜੀ ਸੀ ਉੱਥੇ ਖੜੀ ਆ ਪਹਿਲਾਂ 30 ਟਰਾਲੀਆਂ ਪਹਿਲਾਂ ਪਾਈਆਂ ਸੀ ਤੇ 11 ਹੁਣ ਪਾਈਆਂ ਵਾ ਆ ਦੇਖ ਲਓ ਇੱਥੋਂ ਚੁੱਕ ਕੇ ਖੜੀ ਸੀ ਇੱਥੇ ਵੇ ਜੀ ਟੇੜਾ ਜਿਹਾ ਲਾਇਆ ਸੀ ਬੜਾ ਉੱਚਾ ਇੱਥੋਂ ਚੁੱਕ ਕੇ ਮਿੱਟੀ ਤੇ ਉਹ ਰੋੜੇ ਜਿੱਥੇ ਜਗ੍ਹਾ ਉੱਥੇ ਪਾਈ ਆ ਤੇ ਕੁਛ ਕਰਾਇਆ ਨਾ ਵੀ ਪਾਈ ਆ ਸੜਕ ਦੇ ਲਾਗੇ ਹੀ ਆ ਸੜਕ ਵਾ ਤੇ ਇਹਦੇ ਲਾਗੇ ਹੀ ਸੀ ਇੱਥੋਂ ਚੁੱਕ ਕੇ ਤਾਂ ਉਹਨਾਂ ਨੇ ਆਪਣੇ ਉਹ ਰੋੜੀ ਜਿੱਥੀ ਮਿੱਟੀ ਤੁਹਾਨੂੰ ਦਿਖਾਇਆ ਸੀ ਚਾਰ ਕਿੱਲੇ ਉਹ ਚੋਂ ਕਿੱਲਾ ਝੋਨੇ ਦਾ ਬਚਿਆ ਜੇ ਉੱਥੇ ਪਾਈ ਆ ਆ ਵੇਖ ਲਓ ਤਵਾ ਨੂੰ ਉਹ ਵੀ ਜਗਾ ਵਿਖਾਵਾਂਗੇ ਜਿੱਥੇ ਮਿੱਟੀ ਪਾਈ ਸੀ ਕਢ ਕੇ ਇੱਥੋਂ 11 ਟਰਾਲੀਆਂ ਵੀਰੇ ਆਉ ਪੈਲੀਆ ਜਿੱਦੇ ਚੋਂਦਣ ਟਰਾਲੀਆਂ ਨਾਲ ਮਿੱਟੀ ਪਾਉਣ ਦੇ ਸੀ ਹੁਣ ਉਹ ਦੇਖੋ ਉੱਥੇ ਵੀ ਬੰਨ ਬੰਨੇ ਆ ਕਟੋ ਕਾਟੇ ਦੇ ਵਿੱਚ ਪੈ ਗਈਆਂ ਜੀ ਵੀਰੇ 41 ਟਰਾਲੀਆਂ ਮਿੱਟੀ ਪੈ ਚੁੱਕੀ ਆ ਤੇ ਜਿਹੜੀ ਕਿਰਾਇਆਂ ਨਾਲ ਵਾਈ ਉਹ ਵੱਖ ਵਾ ਟਰੈਕਟਰਾਂ ਨਾਲ ਆ ਦੇਖੋ ਆ ਹੁਣ ਵਾਈ ਆ ਹਲਾਣਾਂ ਤੁਸੀਂ ਇਹ ਵੀਡੀਓ ਪਹਿਲਾਂ ਵੀ ਤੁਹਾਨੂੰ ਇਹਦੀ ਪਾਈ ਸੀ ਆ ਹੁਣ ਵਹਾਈ ਕਰਕੇ ਦੁਬਾਰਾ ਆ ਉਹ ਦਰਿਆ ਦੇ ਖਿਹਰਿਆਣਾ ਉਹਦੇ ਨਾਲ ਆ ਪਹਿਲਾਂ ਮਿੱਟੀ ਐ ਇੱਥੋਂ ਚੱਕ ਕੇ ਉਹ ਦੇਖੋ ਸਾਹਮਣੇ ਟੋਏ ਜੇ ਉੱਥੋਂ ਚੱਕ ਚੱਕ ਕੇ ਪਾਈ ਸੀ ਫਿਰ ਥੋੜੀ ਕਿਸੇ ਨੇ ਬਾਈ ਨੇ ਕਿਸੇ ਵੀਰ ਨੇ ਬਾਅਦ ਉਹਥੇ ਪੈਲੀ ਚ ਇਕੱਠੀ ਕੀਤੀ ਸੀ ਬਾ ਢਿੱਲਾ ਜਹਾ ਲਾਇਆ ਸੀ ਵੀਰੇ ਉਹਦੇ ਤੋਂ ਭਰ ਕੇ ਗਿਆ 11 ਟਰਾਲੀਆਂ ਉੱਥੋਂ ਲੈ ਕੇ ਆਏ ਵਾ ਨਾਲੇ ਇਹਦੀ ਜੇਰੀ ਖੜੀ ਆ ਆ ਵਨ ਸਰਨੋ ਤੇਰਾ ਗੁਰਦੇ ਦਾਨਨ ਆ ਦੇਖ ਲੈ ਗ ਕਰਨਾ ਵੀਦਰ ਆ ਵੇਖੋ ਹਲ ਫਿਰੇ ਹੋਏ ਆ ਆ ਦੇਖ ਲਓ ਆ ਦੇਖੋ ਕਿਦਾਂ ਪੱਟੀ ਹੋਈ ਹੁਣ ਹਲਾ ਨਾਲ ਆ ਦੇਖੋ ਅਡਾਲੇ ਪੱਟੇ ਪਏ ਦੇਖੋ ਕਿਡੇ ਕਿਡੇ ਵਿਰੇ ਇਹੋ ਪਹਿਲੀ ਜਜ ਦੇ ਵਿੱਚ ਮਿੱਟੀ ਦੁਬਾਰਾ ਹੁਣ ਫੇਰ ਪਾਈ ਗਈ ਸੀ ਪਹਿਲਾਂ ਵੀ ਕਰਾਇਆ ਨਾ ਪਾਈ ਸੀ ਹੁਣ ਫੇਰ ਟਰਾਲੀਆਂ ਨਾਲ ਪਾਈ ਆਹ ਸਾਹਮਣੇ ਜਿੱਥੋਂ ਰੁੜਗੇ ਸੀ ਉਹ ਗੁੰਨ ਬੰਨੇ ਆ ਉਹ ਚੰਨੂ ਚੱਲ ਗਏ ਹੁਣ ਦਿਖਾਉਨੇ ਆ ਉਹ ਅੱਗੇ ਆ ਰਹੇ ਆ ਉਹ ਜਿੱਥੋਂ ਮਿੱਟੀ ਰੁੜ ਕੇ ਆਈ ਸੀ ਇਹ ਵੀਰੇ ਦੋ ਕਨਾਲਾਂ ਥਾਂ ਥੱਲੇ ਆਇਆ ਜੀ ਵੇਰੇ ਆ ਵੇਖੋ ਆ ਉਹ ਆ ਜਿੱਥੇ ਉਹ ਤੁਹਾਨੂੰ ਸਾਹਮਣੇ ਦਿਖਾਉਣ ਡਿਆ ਹੁਣ ਆ ਗਏ ਆ ਉੱਥੇ ਜਿੱਥੇ ਟਰਾਲੀਆਂ ਲਿਆ ਕੇ ਮਿੱਟੀ ਸੁੱਟ ਕੇ ਬਾਅਦ ਚ ਆਪ ਬੈਕ ਕਰਾ ਨਾ ਤੱਕ ਤੱਕ ਕਰੀ ਤੇ ਮਸ਼ੀਨ ਨਾਲ ਵੀ ਕੀਤੀ ਲੋਡਰ ਲਾ ਕੇ ਆ ਦੇਖੋ ਕਿੰਨੇ ਕਿੰਨੇ ਉੱਚੇ ਬੰਨੇ ਆ ਆ ਦੇਖੋ ਕਿਨਾ ਕਿਨਾ ਉੱਚਾ ਹੋਇਆ ਕਿ ਪਿਆ ਆ ਦੇਖ ਲਓ ਕਟੋ ਘਟ ਤਾਂ ਇਹ ਪੰਜ ਪੰਜ ਫੋਟ ਉੱਚੀ ਮਿੱਟੀ ਪਾ ਕੇ ਕੀਤਾ ਥਾਂ ਇੱਥੋਂ ਆ ਦੇਖ ਉਹ ਦਰਿਆ ਆ ਦੇਖੋ ਉਹਨੂੰ ਕਿੰਨਾ ਉੱਚਾ ਵੀਰੇ ਆ ਦੇਖੋ ਆ 50 ਫੁੱਟ ਲੰਮਾ ਵਾ ਇਹਨੂੰ ਇਹਦੇ ਤੇ ਉਹਨੂੰ ਸਗੋਂ ਵੱਧ ਇਹ ਵੀ ਉਹਦੇ ਜਿੰਨੀ ਉੱਚੀ ਕੀਤੀ ਆ 5 5 7 7 ਫੁੱਟ ਇੱਥੋਂ ਉੱਥੋਂ ਦਾ ਕੰਨਾ ਪਾੜ ਪਿਆ ਸੀ ਉਹ ਪਿਆ ਸੀ 20 ਫੁੱਟ ਦਾ ਇਹ 50 ਫੁੱਟ ਦਾ ਸੀ ਜਿੱਥੋਂ ਪਹਿਲੀ ਰੋੜ ਕੇ ਦੋ ਦੋ ਕਨਾਲਾਂ ਥਾਂ ਰੋੜ ਕੇ ਲੈ ਕੇ ਗਿਆ ਜਿਹੜਾ ਨਾਲ ਮਿੱਟੀ ਦਰਿਆ ਚ ਚਲੀ ਗਈ ਅੱਗੇ ਤੁਹਾਨੂੰ ਦਿਖਾਇਆ ਵੀ ਆ ਉਹ ਦਰਿਆ ਆ ਦਰਿਆ ਵਾ ਬਿਆਸ ਸਾਡੇ ਪਿੰਡ ਕੋਲੇ ਵਗਦਾ ਆਹਾ ਉਹ ਜ਼ਮੀਨ ਆ ਜਿੱਥੇ ਮਿੱਟੀ ਪਾਈ ਗਈ ਹੁਣ ਫੇਰ ਦੁਬਾਰਾ ਪਾਈ ਆ ਟਰਾਲੀਆਂ ਨਾਲ ਵੀ ਪਾਈ ਕਰਾਹਿਆਂ ਨਾਲ ਵੀ ਪਾਈ ਆਹ ਹੜਾ ਨਾਲ ਹੁਣ ਬਈ ਦੋ ਵਾਰ ਵਹਾਈ ਵੀ ਕਰੀ ਗਈ ਆ ਮਿੱਟੀ ਪਾਉਣ ਤੋਂ ਬਾਅਦ ਪਹਿਲਾਂ ਬਈ ਡਿਸਕਾ ਨਾਲ ਬਈ ਹੀ ਵਿਰੇ ਜੱਟ ਨੂੰ ਕੀ ਬਚੂ ਜਿਹੜੀ ਫਸਲ ਪਹਿਲਾਂ ਹੀ ਖਰਾ ਖਤਮ ਹੋ ਗਈ। ਤੇ 3-4 ਲੱਖ ਰੁਪਇਆ ਲਾ ਲਿਆ। ਆ ਦੇਖੋ ਕਿਦਾਂ ਡਾਲੇ ਪੱਤੇ ਆ। ਬਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਤੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਵੇਖਣ ਲਈ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬਰ ਬਹੁਤ ਘੱਟ ਆ ਰਹੇ ਨੇ। ਟਾਡਾ ਮੇਰੀ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ ਨਵੀਆਂ ਨਵੀਆਂ ਵੀਡੀਓ ਇਸ ਚੈਨਲ ਤੇ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬਰ ਬਹੁਤ ਘੱਟ ਆ ਰਹੇ ਨੇ ਆਹ ਹੋ ਜਗਾ ਜਿੱਥੋਂ ਨਾਲੋਂ ਨਾਲੋਂ ਜੀਸੀਪੀ ਦੀ ਬਾਕੜ ਨਾਲ ਵੀ ਮਿੱਟੀ ਲਾਹੀ ਕੇ ਇੱਥੇ ਛੁੱਟੀ ਗਈ ਇਹਦੇ ਲੱਗ ਗਿਆ ਆਹ ਜ਼ਮੀਨਾਂ ਉੱਚੀਆਂ ਨੇ ਉਹ ਆਓ ਦੇਖੋ ਅੱਜ ਵਾਲੀ ਵੀਡੀਓ ਸਾਡੀ ਇੱਥੋਂ ਤੱਕ ਸੀ ਇਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬਰ ਬਹੁਤ ਘੱਟ ਆ ਰਹੇ ਨੇ ਵੀਰੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਤੁਹਾਡਾ ਮੇਰਾ ਵੀਡੀਓ ਦੇਖਣ ਤੇ ਬਹੁਤ ਬਹੁਤ ਧੰਨਵਾਦ ਅੱਜ ਵਾਲੀ ਵੀਡੀਓ ਇੱਥੇ ਤੱਕ ਸੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ